ਕਹਿੰਦੇ ਨੇ ਕਿ ਇਨਸਾਨ ਆਪਣੇ ਵੱਡੇ ਉੱਚੇ ਕੱਦ ਕਰਕੇ ਨਹੀਂ, ਇਨਸਾਨ ਆਪਣੀ ਕੀਤੀ ਮਿਹਨਤ ਸਦਕਾ ਪ੍ਰਾਪਤ ਕੀਤੇ ਰੁਤਬਿਆਂ ਨਾਲ ਵੱਡਾ ਹੁੰਦਾ ਤੇ ਜਾਣਿਆ ਜਾਂਦਾ। ਇਸ ਦੀ ਇੱਕ ਉਦਾਹਰਨ ਅੱਜ ਦੇਖਣ ਨੂੰ ਮਿਲੀ ਹੈ। ਅੱਜ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਨਿਯੁਕਤੀਆਂ ਲੈਣ ਵਾਲੇ ਉਹਨਾਂ ਉਮੀਦਵਾਰਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ, ਨਿਯੁਕਤੀ ਪੱਤਰ ਦਿੱਤੇ ਗਏ ਨੇ, ਜਿਨ੍ਹਾਂ ਨੇ ਵੱਖ ਵੱਖ ਮਹਿਕਮਿਆਂ 'ਚ ਅੱਜ ਨੌਕਰੀ ਹਾਸਲ ਕੀਤੀ ਹੈ ਤੇ ਉਹਨਾਂ ਦੇ ਵਿੱਚ ਇੱਕ ਖਾਸ ਹੈ ਮਨਪ੍ਰੀਤ ਕੌਰ, ਪਟਿਆਲਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ, ਜਿਸਦਾ ਕੱਦ ਤੁਹਾਨੂੰ ਬੇਸ਼ੱਕ ਛੋਟਾ ਨਜ਼ਰ ਆਵੇ ਪਰ ਇਹਦੀ ਮਿਹਨਤ ਨੇ ਅੱਜ ਸਾਬਤ ਕਰ ਦਿੱਤਾ ਕਿ ਕੱਦ ਨਾਲ ਨਹੀਂ ਇਨਸਾਨ ਆਪਣੀ ਮਿਹਨਤ ਨਾਲ ਵੱਡਾ ਹੁੰਦਾ। ਕਿੱਦਾਂ ਦਾ ਲੱਗ ਰਿਹਾ? ਬਹੁਤ ਜ਼ਿਆਦਾ ਖੁਸ਼ ਹਾਂ ਸਰ। ਅੱਛਾ, ਜਦੋਂ ਪਤਾ ਲੱਗਿਆ ਸੀ ਜਾਂ ਜਦੋਂ ਤੁਸੀਂ ਪੜ੍ਹਦੇ ਸੀ ਮਿਹਨਤ ਕਰ ਰਹੇ ਸੀ ਉਦੋਂ ਇਹ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਮੈਂ ਕਿਸੇ ਮੁਕਾਮ ਤੇ ਪਹੁੰਚਣਾ? ਹਾਂਜੀ ਸਰ, ਉਦੋਂ ਉਮੀਦ ਹੈਗੀ ਸੀ, ਮਤਲਬ ਇੱਕ ਦਿਨ ਤਾਂ ਇੱਕ ਦਿਨ ਪਹੁੰਚਣਾ ਜ਼ਰੂਰ ਆ, ਮੈਂ ਮਿਹਨਤ ਕਰਦੀ ਰਹਾਂ ਬਸ। ਅੱਛਾ, ਚੈਲੰਜ ਕਿੰਨੇ ਕੁ ਜ਼ਿੰਦਗੀ 'ਚ ਰਹੇ, ਕਦੇ ਸਕੂਲ ਟਾਈਮ ਜਾਂ ਆਪਦੇ ਹਮ ਉਮਰ ਬੱਚਿਆਂ ਦੇ ਨਾਲ ਕਿੰਨੀਆਂ ਕੁ ਚੁਣੌਤੀਆਂ ਰਹੀਆਂ ਹੁਣ ਇੱਥੋਂ ਤੀਕਰ ਪਹੁੰਚਣ ਦੌਰਾਨ? ਸਰ ਬਹੁਤ ਜ਼ਿਆਦਾ ਚੁਣੌਤੀਆਂ ਰਹੀਆਂ ਕਿਉਂਕਿ ਸਰ ਤੁਹਾਨੂੰ ਪਤਾ ਹੀ ਹੈ ਹਾਈਟ ਮੇਰੀ ਛੋਟੀ ਹੈ, ਇਸ ਕਰਕੇ ਬਹੁਤ ਜ਼ਿਆਦਾ ਤਾਨੇ ਮਿਹਣੇ ਬਹੁਤ ਜ਼ਿਆਦਾ ਸਰ ਸੁਣਨੇ ਪੈਂਦੇ ਸੀ, ਕੋਈ ਕੁਛ ਕਹਿੰਦਾ ਸੀ, ਕੋਈ ਬੋਣੀ, ਕੋਈ ਕੁਛ ਵੀ ਕਿੰਨੀ ਕੁ ਹਾਈਟ। ਅੱਜ ਫਿਰ ਜਵਾਬ ਦਿੱਤਾ ਸਾਰਿਆਂ ਨੂੰ? ਹਾਂਜੀ ਸਰ, ਸਾਰਿਆਂ ਨੂੰ ਹੁਣ ਜਵਾਬ ਮਿਲ ਗਿਆ ਸਰ ਅੱਜ, ਕਿਉਂਕਿ ਜੋਬ ਮਿਲ ਗਈ, ਨਿਯੁਕਤੀ ਪੱਤਰ ਮਿਲਿਆ ਸਰ ਅੱਜ। ਅੱਛਾ, ਮਾਂ ਪਿਓ, ਹਾਲਾਂਕਿ ਮਾਪੇ ਤਾਂ ਹਮੇਸ਼ਾ ਆਪਦੇ ਧੀ ਪੁੱਤ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਆ, ਪਰ ਜੇ ਕਦੇ ਕਿਸੇ ਦੇ ਕਹਿਣ ਤੇ ਮਾਂ ਬਾਪ ਨੂੰ ਕਦੇ ਪਰੇਸ਼ਾਨੀ ਵੀ ਹੋਈ, ਟੈਨਸ਼ਨ ਵੀ ਹੋਈ ਹੋਊਗੀ, ਤਾਂ ਅੱਜ ਮਾਂ ਪਿਓ ਕਿੰਨਾ ਖੁਸ਼ ਸੀ ਜੋ ਤੁਸੀਂ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਧੀ ਨੂੰ ਤਾਂ ਸਰਕਾਰੀ ਨੌਕਰੀ ਮਿਲ ਗਈ ਹੈ? ਹਾਂਜੀ ਸਰ, ਬਹੁਤ ਜ਼ਿਆਦਾ ਖੁਸ਼ ਸੀਗੇ, ਬਹੁਤ ਜ਼ਿਆਦਾ ਮਾਣ, ਮਤਲਬ ਬਹੁਤ ਜ਼ਿਆਦਾ ਕਰ ਰਹੇ ਸੀਗੇ ਵੀ ਅੱਜ ਮੇਰੀ ਧੀ ਨੌਕਰੀ ਲੱਗ ਗਈ। ਅੱਛਾ, ਪਰਿਵਾਰ 'ਚ ਕੌਣ ਕੌਣ ਆ ਤੁਹਾਡੇ? ਮੰਮੀ ਪਾਪਾ ਤੇ ਬ੍ਰਦਰ। ਅੱਛਾ, ਭਰਾ ਛੋਟਾ ਕਿ ਵੱਡਾ? ਛੋਟਾ। ਭਰਾ ਕਿੰਨਾ ਖੁਸ਼ ਸੀ? ਭਰਾ ਸਰ ਬਹੁਤ ਜ਼ਿਆਦਾ ਖੁਸ਼ ਸੀ, ਉਹ ਤਾਂ ਕਹਿੰਦਾ ਇਹ ਕਰਾਂਗੇ ਹੁਣ, ਇਹ ਲਿਆਵਾਂਗੇ ਆਪਾਂ, ਇਹ ਚੀਜ਼ ਲੈ ਕੇ ਆਣੀ ਆ ਸਰ, ਬਹੁਤ ਜ਼ਿਆਦਾ। ਅੱਛਾ, ਹੁਣ ਜਦੋਂ ਕਹਿੰਦੇ ਕਿ ਤੁਸੀਂ ਇੱਕ ਸਪੈਸ਼ਲ ਹੋ, ਤੁਸੀਂ ਵੱਖਰੇ ਹੋ ਦੂਜਿਆਂ ਤੋਂ, ਤਾਂ ਜਦੋਂ ਨੌਕਰੀ ਵੀ ਕਰਨੀ ਆ ਤੇ ਸਪੈਸ਼ਲ ਕੁੜੀ ਨੂੰ ਸਭ ਨੇ ਪਹਿਚਾਣ ਲਿਆ ਕਰਨਾ ਕਿ ਸਪੈਸ਼ਲ ਕੁੜੀ ਆ, ਤਾਂ ਉੱਥੇ ਤੁਹਾਨੂੰ ਫਿਰ ਆਪਣੇ, ਕਿਉਂਕਿ ਤੁਹਾਨੂੰ ਸਭ ਨੇ ਜਾਣਨਾ, ਤਾਂ ਮਿਹਨਤ ਵੀ ਪੂਰੀ ਲਗਨ ਨਾਲ ਕੰਮ ਕਰਨਾ ਪੈਣਾ, ਲੋਕਾਂ ਨੂੰ ਉਮੀਦਾਂ ਵੀ ਹੋਣੀਆਂ। ਹਾਂਜੀ ਸਰ, ਬਹੁਤ ਜ਼ਿਆਦਾ ਉਮੀਦਾਂ ਹੋਣੀਆਂ ਤੇ ਬਹੁਤ ਜ਼ਿਆਦਾ ਮਿਹਨਤ ਕਰਨਾ ਕੰਮ ਕਰਾਂਗੇ। ਅੱਛਾ, ਅੱਗੇ ਜ਼ਿੰਦਗੀ 'ਚ ਹੋਰ ਟੀਚਾ ਕੀ ਹੈ? ਬਸ ਸਰ ਇਹ ਨਤੀਜਾ ਬਸ ਕਿ ਬਸ ਹੁਣ ਜੋਬ ਮਿਲ ਜਾਵੇ ਤਾਂ ਬਹੁਤ ਜ਼ਿਆਦਾ ਖੁਸ਼ ਹੈ। ਤਾਂ ਮਨਪ੍ਰੀਤ ਕੌਰ ਪਟਿਆਲਾ ਤੋਂ ਹੈ, ਬਹੁਤ ਖੁਸ਼ ਹੈ ਅੱਜ, ਕਹਿੰਦੇ ਨੇ ਕਿ ਚਾਹੁੰਦੇ ਰਹੋ। ਕਹਿੰਦੇ ਨੇ ਕਿ ਬੇਸ਼ੱਕ ਕਿਸੇ ਟਾਈਮ ਸਕੂਲ ਦੇ ਵਿੱਚ ਆਪਣੇ ਦੋਸਤਾਂ ਨੇ ਜਾਂ ਹੋਰ ਕਿਸੇ ਨੇ ਤਾਨੇ ਮਾਰੇ, ਪਰ ਅੱਜ ਮਿਹਨਤ ਸਦਕਾ ਹਾਸਲ ਕੀਤੇ ਰੁਤਬੇ ਤੋਂ ਬਾਅਦ ਸਭ ਨੂੰ ਜਵਾਬ ਦੇ ਦਿੱਤਾ। ਤਾਂ ਕਹਿੰਦੇ ਨੇ ਕਿ ਮਿਹਨਤ ਦੇ ਨਾਲ ਹਾਸਲ ਕੀਤੇ ਉੱਚੇ ਰੁਤਬੇ ਤੁਹਾਨੂੰ ਵੱਡਾ ਕਰ ਦੇਣੇ। ਕੱਦ ਨਾਲ ਇਨਸਾਨ ਵੱਡਾ ਨਹੀਂ ਹੁੰਦਾ, ਕੱਦ ਨਾਲ ਤਾਂ ਸਿਰਫ ਦਿਖਦਾ ਵੱਡਾ। ਕੈਮਰਾਮੈਨ ਸੁਖਜਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।